ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕ ਸਰ ਕਲੀਰਾਂ ਵਾਲੇ ਉਹਨਾਂ ਤੋਂ ਵਰਸਾਏ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੀਰਾਂ ਵਾਲੇ ਇਸ ਸਥਾਨ ਦੇ ਮੁਖੀ ਜੋ ਕਿ ਇੱਥੇ ਸੇਵਾ ਨਿਭਾ ਰਹੇ ਨੇ ਬਾਬਾ ਕੁਲਵੰਤ ਸਿੰਘ ਜੀ ਗੁਰਦੁਆਰਾ ਨਾਨਕ ਸਰ ਜੋ ਕਿ ਤਖਤੂਪੁਰਾ ਦੀ ਪਾਵਨ ਧਰਤੀ ਤੇ ਸਥਿਤ ਹੈ ਸੇਵਾ ਨਿਭਾ ਰਹੇ ਨੇ ਸਾਡੀ ਟੀਮ ਨੇ ਬਾਬਾ ਕੁਲਵੰਤ ਸਿੰਘ ਜੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰਪੁਰਬ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਅਤੇ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਉਹਨਾਂ ਤੋਂ ਵਰਸਾਏ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਔਰ ਇਸ ਸਥਾਨ ਦੇ ਮੁਖੀ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਨਾਨਕਸਰ ਜਿਹੜਾ ਤਖਤ ਗੁਰੂ ਸਾਹਿਬ ਵਿਖੇ ਸੁਸ਼ੋਭਿਤ ਹੈ ਔਰ ਅੱਜ ਦਾ ਦਿਨ ਜਿਹੜਾ ਕਿ ਇਤਿਹਾਸਿਕ ਦਿਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ ਔਰ ਉਹਦੇ ਨਾਲ ਨਾਲ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹ ਅੱਜ ਰੱਦ ਹੋਏ ਨੇ ਇਸ ਕਰਕੇ ਸਾਰੀ ਜਿਹੜੇ ਲੋਕਾਈ ਆ ਉਹਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕ ਨਿਰਭਰ ਆ ਖੇਤੀ ਦੇ ਉੱਤੇ ਔਰ ਖੇਤੀ ਦੇ ਕਾਨੂੰਨਾਂ ਦੇ ਜਦੋਂ ਦੇ ਰੱਦ ਹੋਏ ਆ ਮੋਦੀ ਸਾਹਿਬ ਨੇ ਜੋ ਫੈਸਲਾ ਕੀਤਾ ਲੋਕ ਬੜੀ ਖੁਸ਼ੀ ਮਨਾ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਬਾਬਾ ਕੁਲਵੰਤ ਸਿੰਘ ਜੀ ਦੇ ਨਾਲ ਜਿਨ੍ਹਾਂ ਜਿਹੜੇ ਬਹੁਤ ਬੁੱਧੀਜੀਵੀ ਨੇ ਬਹੁਤ ਜ਼ਿਆਦਾ ਸੇਵਾਵਾਂ ਕਰਦੇ ਨੇ ਔਰ ਬਹੁਤ ਲੰਬੀ NRI ਲਿਸਟ ਦੀ ਲਿਸਟ ਆ ਜਿਹੜੀ ਬਾਬਾ ਜੀ ਦੇ ਨਾਲ ਜੁੜੀ ਹੋਈ ਹੈ ਔਰ ਸੇਵਾ ਕਰ ਰਹੀ ਹੈ ਬਾਬਾ ਜੀ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਹਾਂ ਵੀ ਜਿਹੜਾ ਮੋਦੀ ਸਾਹਿਬ ਨੇ ਇਹ ਤਿੰਨ ਕਾਨੂੰਨ ਰੱਦ ਕੀਤੇ ਇਹ ਬਹੁਤ ਵੱਡੀ ਗੱਲ ਸੀ ਬਹੁਤ ਵੱਡਾ ਬਖਰੇਵਾਂ ਖੜਾ ਹੋਇਆ ਸੀ ਜਿਹੜਾ ਇਹ ਰੱਦ ਕੀਤੇ ਗਏ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਰੀ ਦੇਸ਼ ਕੌਮ ਵਾਸਤੇ ਕਿਸਾਨਾਂ ਵਾਸਤੇ ਬਹੁਤ ਵਧੀਆ ਗੱਲ ਹੋਈ ਹੈ ਜਿਹੜੇ ਇਹ ਰੱਦ ਹੋਏ ਔਰ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ 550ਵਾਂ ਅਵਤਾਰ ਧਾਰਿਆ ਇਸ ਚੀਜ਼ ਦਾ ਵੀ ਬਹੁਤ ਵੱਡੀ ਸੰਗਤਾਂ ਨੂੰ ਖੁਸ਼ੀ ਹੈ ਵੱਧ ਤੋਂ ਵੱਧ ਚੜ੍ਹ ਕੇ ਸੰਗਤਾਂ ਨੇ ਵੱਧ ਤੋਂ ਵੱਧ ਦਿਨ ਚੜ੍ਹ ਕੇ ਇਹ ਖੁਸ਼ੀਆਂ ਮਨਾਈਆਂ ਬਾਬਾ ਜੀ ਦਾ ਲੰਘਾ ਖੁੱਲ੍ਹਿਆ ਕਰਤਾਰਪੁਰ ਸਾਹਿਬ ਦਾ ਔਰ ਲੋਕ ਜਿਹੜੇ ਹੈਗੇ ਆ ਉਹੀ ਆਪਣੇ ਇਤਿਹਾਸਿਕ ਸਥਾਨਾਂ ਨੂੰ ਨਕਮਸਤਕ ਹੋ ਰਹੇ ਨੇ ਔਰ ਇੱਕਦਮ ਖੁਸ਼ੀ ਦੀ ਲਹਿਰ ਕਿਉਂਕਿ ਜਦੋਂ ਉਹਦਾ ਨਨਕਾਣਾ ਸਾਹਿਬ ਦਾ ਰਸਤਾ ਖੁੱਲ੍ਹਿਆ ਉਦੋਂ ਦੀ ਇੱਕ ਨਵੀਂ ਲਹਿਰ ਆ ਉਹਦੇ ਵਿੱਚ ਹੀ ਬਾਬਾ ਨਾਨਕ ਨੇ ਪਤਾ ਨਹੀਂ ਕੀ ਮੋਦੀ ਦੇ ਕੰਨ 'ਚ ਕਿਹਾ ਅਤੇ ਮੋਦੀ ਨੇ ਉਹ ਵੀ ਕੰਮ ਕਰਤਾ ਅਤੇ ਸਾਨੂੰ ਲੱਗਦਾ ਵੀ ਹੁਣ ਚੰਗੇ ਦਿਨ ਆਉਣ ਵਾਲਿਆ ਦੇਖੋ ਜਿਹੜਾ ਇਹ ਲਾਂਘਾ ਖੁੱਲ੍ਹਿਆ ਇਹ ਬਹੁਤ ਵੱਡਾ ਉਪਰਾਲਾ ਸ਼ਲਾਘਾ ਯੋਗ ਹੈ ਸਾਰਿਆਂ ਮਿਨਿਸਟਰਾਂ ਦਾ ਸਰਕਾਰ ਦਾ ਧੰਨਵਾਦ ਕੀਤਾ ਜਾਂਦਾ ਮੋਦੀ ਸਾਹਿਬ ਦਾ ਵੀ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਇਹ ਰਸਤੇ ਨੂੰ ਖੋਲ੍ਹਣ ਵਾਸਤੇ ਉਪਰਾਲੇ ਕੀਤੇ ਆ ਔਰ ਇਸ ਸਥਾਨ ਦੇ ਉੱਤੇ ਜਿਹੜਾ ਪਵਿੱਤਰ ਸਥਾਨ 'ਤੇ ਅਸੀਂ ਬੈਠੇ ਹਾਂ ਇੱਥੇ ਕਿਹੜੇ ਕਿਹੜੇ ਦਿਨ ਜਿਹੜੇ ਹੈਗੇ ਮੇਨ ਇੱਥੇ ਜਿਵੇਂ ਬਾਬਾ ਨਾਨਕ ਸਿੰਘ ਜੀ ਦੇ ਅਵਤਾਰ ਦਿਹਾੜੇ ਗੁਰੂ ਗ੍ਰੰਥ ਸਾਹਿਬ ਦੇ ਅਵਤਾਰ ਦਿਹਾੜੇ ਬਾਬਾ ਜੀ ਦੀ ਬਰਸੀ ਵਗੈਰਾ ਉਹ ਸਾਰੇ ਦਿਨ ਮਨਾਏ ਜਾਂਦੇ ਬਾਕੀ ਸੰਗਰਾਂਦ ਦੇ ਦਿਹਾੜੇ ਮਨਾਏ ਜਾਂਦੇ ਆ ਬੁੱਧਵਾਰ ਅਤੇ ਐਤਵਾਰ ਨੂੰ ਸੰਗਤਾਂ ਜਿਵੇਂ ਕੋਈ ਬਚਨ ਬਲਾਸ ਕਰਦੀਆਂ ਸੰਗਤਾਂ ਉਹਨਾਂ ਦੇ ਬਚਨ ਬਲਾਸ ਸੁਣੇ ਜਾਂਦੇ ਆ